सतगुरु मेरा पाओ ताकि पता लगे कि हे गरीब नवाज पातशाह तेरा गुरु मना रहे हैं, तेरे बच्चे तेरे गुण गा रहे हैं, सारे गाओ जी सतगुरु मेरा पूरा, सतगुरु मेरा पूरा, सतगुरु मेरा पूरा, सतगुरु मेरा गुरुद्वारे आउण नूं मन करदा, ओदी कृपा होवे ते कीर्तन विच बैठण नूं मन करदा, ओदी कृपा होवे ते कीर्तन विच मन लग जांदा। आखो सतनाम। कब होए कृपाल तए मन लाई, सतगुर सेव सबे फल पाई, सच्चे पातशाह ने मैं बख्शी की, रहमत की, सतगुरु ने अपने पोतरे नूं ए दात बख्शी। गुरु हर राय साहब सात संग जीओ बाबा गुरदित्ता जी दे वड्डे साहिबजादे बाबा धीरमल, उन्हें बड़ी इच्छा की थी। एक दिन छोटे जी सी बाबा धीरमल ते गोदी विच चुकिया होया ते माता जी गुरु हरगोबिंद साहब के कोल लै गए, जो वेख के ना ते कहन लगे ते दूजा प्रिथिया होवेगा, ये दूजा प्रिथी चंद आ गया। ते सही मैंने जो जिहड़े वचन कीते सन सत होए, जाके राजे दे कन भरे। गुरु हर राय साहब सच्चे पातशाह जी नूं इस करके दिल्ली बुलाया, तां साहब आप तां गए नहीं, बाबे राम राय अपने वड्डे पुत्र नूं भेजिया ते सारियां दातां दे के उठ
ਕੇ ਛਾਤੀ ਨਾਲ ਲਾਇਆ ਮੱਥਾ ਚੁੰਮਿਆ ਤੇ ਕਹਿਣ ਲੱਗੇ ਤੁਸੀਂ ਜੋ ਮੂੰਹ ਤੂੰ ਬੋਲੋਗੇ ਸੱਤ ਹੋਵੇਗਾ ਪਰ ਵੇਖਣਾ ਕਿਸੇ ਦੀ ਖੁਸ਼ਾਮਦ ਨਹੀਂ ਕਰਨੀ। ਇਤਿਹਾਸ ਪੜ੍ਹਿਆ ਕਰੋ। ਮੈਨੂੰ ਬੜੀ ਖੁਸ਼ੀ ਹੋਈ ਆਪ ਸਾਰੇ ਸੱਜਣ ਪੜ੍ਹੇ ਲਿਖੇ ਹੋ ਮਹਾਰਾਜ ਦੀ ਬੜੀ ਬਖਸ਼ਿਸ਼ ਹੈ ਪਰ ਕੋਸ਼ਿਸ਼ ਕਰਿਆ ਕਰੋ ਗੁਰਬਾਣੀ ਦੇ ਗੁਟਕੇ ਗੁਰਬਾਣੀ ਦਾ ਦੀਆਂ ਪੋਥੀਆਂ ਗੁਰੂਆਂ ਦਾ ਇਤਿਹਾਸ ਜੇ ਬਹੁਤੀਆਂ ਨਹੀਂ ਤੇ ਕਮ ਅਜ਼ ਕਮ ਇੱਕ ਪੁਸਤਕ ਗੁਰੂ ਨਾਨਕ ਬਾਬਾ ਦੀ ਇੱਕ ਪੁਸਤਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਤਾਂ ਇੱਕ ਪੁਸਤਕ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੱਕ ਇਹ ਦਸਾਂ ਗੁਰੂਆਂ ਦਾ ਇਤਿਹਾਸ ਜਿਹੜਾ ਹੈ। ਐਡੀ ਵੱਡੀ ਲਾਇਬ੍ਰੇਰੀ ਪ੍ਰਬੰਧਕ ਸੱਜਣਾ ਨੇ ਇੰਨਾ ਸੁਚੱਜਾ ਪ੍ਰੋਗਰਾਮ ਮੇਰਾ ਖਿਆਲ ਹੈ ਬਹੁਤ ਘੱਟ ਜਗ੍ਹਾ 'ਤੇ ਇੱਡੀਆਂ ਲਾਇਬ੍ਰੇਰੀਆਂ ਤੱਕਣ ਨੂੰ ਆਈਆਂ ਨੇ। ਇਹ ਸਾਰੀਆਂ ਤੁਹਾਡੇ ਵਾਸਤੇ ਹੀ ਨੇ। ਪੜ੍ਹੋ ਪੜ੍ਹਿਆ ਕਰੋ ਮਹਾਰਾਜ ਦਾ ਇਤਿਹਾਸ ਆਪਣੇ ਬੱਚਿਆਂ ਨੂੰ ਪੜ੍ਹਾਓ ਤਾਂ ਕਿ ਅੱਗੋਂ ਇਹ ਬੱਚੇ ਅੱਜ ਤੋਂ 20-25 ਸਾਲ ਬਾਅਦ ਜੇ ਇਹਨਾਂ ਨੂੰ ਪੰਜਾਬੀ ਆਏਗੀ ਗੁਰੂਆਂ ਦਾ ਇਤਿਹਾਸ ਆਏਗਾ ਤੇ ਇਸੇ ਤਰ੍ਹਾਂ ਹੀ ਗੁਰਦੁਆਰਿਆਂ 'ਚ ਰੌਣਕਾਂ ਰਹਿਣਗੀਆਂ। ਇੱਦਾਂ ਹੀ ਗੁਰੂ ਕੇ ਕੀਰਤਨੀਆਂ ਆਉਣਗੇ। ਜਿਵੇਂ ਤੁਸੀਂ ਹੁਣ ਮਾਣ ਕਰਦੇ ਹੋ ਫਿਰ ਵੀ ਆਦਰ ਸਤਿਕਾਰ ਕਰੋਗੇ ਤੇ ਜੇ ਬੱਚੇ ਪੰਜਾਬੀ ਨਹੀਂ ਪੜ੍ਹਨਗੇ ਇਤਿਹਾਸ ਨਹੀਂ ਪੜ੍ਹਨਗੇ ਗੁਰੂਆਂ ਦਾ ਤੇ ਫਿਰ ਇਹ ਰੌਣਕਾਂ ਇੱਦਾਂ ਹੀ ਰਹਿਣਗੀਆਂ। ਮਹਾਰਾਜ ਸੱਚਾ ਪਾਤਸ਼ਾਹ ਬਖਸ਼ਿਸ਼ ਕਰਨ। ਇਹ ਜਿਹੜਾ ਆਉਣ ਵਾਲਾ ਸਮਾਂ ਬੜਾ ਨਾਜ਼ੁਕ ਸਮਾਂ। ਮੈਂ ਬੇਨਤੀ ਕਰਾਂਗਾ ਆਪਣੇ ਘਰ ਵਿੱਚ ਬੱਚਿਆਂ ਨਾਲ ਪੰਜਾਬੀ ਬੋਲੋ, ਪੰਜਾਬੀ 'ਚ ਗੱਲਾਂ ਕਰੋ। ਜੇ ਕੋਈ ਭਰਾ ਮਿਲਦਾ ਉਹਦੇ ਨਾਲ ਵੀ ਪੰਜਾਬੀ 'ਚ ਗੱਲ ਕਰੋ। ਬੱਚਿਆਂ ਨੇ ਇੰਗਲਿਸ਼ ਤੁਹਾਡੇ ਨਾਲ ਵਧੀਆ ਬੋਲਣੀ ਹੈ, ਤੁਹਾਡੇ ਨਾਲ ਚੰਗਾ ਪੜ੍ਹਨਾ, ਤਾਂ ਆਓ ਮੈਂ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਦਰ 'ਤੇ ਅੱਜ ਸਤਿਗੁਰੂ ਦਾ ਪੁਰਬ ਮਨਾ ਰਹੇ ਹਾਂ। ਆਪਾਂ ਸ਼ਬਦ ਨਾਲ ਜੁੜਨਾ, ਮਨ ਵਿੱਚ ਇਹ ਖਿਆਲ ਆਇਆ ਸੀ ਮੈਂ ਕਿਹਾ ਆਓ ਸਾਰੇ ਪਿਆਰ ਨਾਲ ਜਪੋ ਸਤਨਾਮ। ਸਤਿਗੁਰੂ